ਕੈਨੇਡਾ ਦੇ ਵਿੱਚ ਮੌਜੂਦਾ ਸਰਕਾਰ ਜੋ ਕਿ ਲਿਬਰਲ ਸਰਕਾਰ ਹੈ ਉਸ ਦੇ ਨਾਲ ਐਨਡੀਪੀ ਦੇ ਵੱਲੋਂ ਸਮਝੌਤਾ ਕੀਤਾ ਗਿਆ ਸੀ ਤੇ ਹੁਣ ਹਾਲ ਹੀ ਦੇ ਵਿੱਚ ਜੋ ਵੱਡੀ ਖਬਰ ਸੁਣਨ ਨੂੰ ਮਿਲ ਰਹੀ ਹੈ ਉਸ ਦੇ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਜੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਬਹੁਤ ਵੱਡਾ ਐਲਾਨ ਕੀਤਾ ਹੈ ਕਿ ਉਹ ਹੁਣ ਤੋਂ ਆਪਣੇ ਸਾਰੇ ਸਮਝੌਤੇ ਲਿਬਰਲ ਸਰਕਾਰ ਦੇ ਨਾਲ ਤੋੜ ਰਹੇ ਹਨ। ਇਹ ਐਲਾਨ ਸੁਣਨ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਸਾਹਿਬ ਦਾ ਵੀ ਬਿਆਨ ਸੁਣਨ ਨੂੰ ਮਿਲਿਆ ਹੈ ਤੇ ਇਸ ਦੇ ਨਾਲ ਹੀ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਹੈ। ਹੁਣ ਇਸ ਤੋਂ ਬਾਅਦ ਕੀ ਹੋਣ ਜਾ ਰਿਹਾ ਹੈ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਐਨਡੀਪੀ ਆਗੂ ਜਗਮੀਤ ਸਿੰਘ ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨਾਲ ਕੀਤੇ ਗਏ ਸਪਲਾਈ ਅਤੇ ਭਰੋਸੇ ਦੇ ਸਮਝੌਤੇ ਨੂੰ ਖਤਮ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਬੁੱਧਵਾਰ ਨੂੰ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਸੰਸਦ ਦੀ ਡਿੱਗਦੀ ਬੈਠਕ ਤੋਂ ਪਹਿਲਾਂ ਗਵਰਨਿੰਗ ਪਾਰਟੀ ਨਾਲ ਸੰਬੰਧ ਤੋੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਲਿਬਰਲ ਮੱਧ ਵਰਗ ਲਈ ਲੜਨ ਅਤੇ ਰੋਕਣ ਲਈ ਬਹੁਤ ਕਮਜ਼ੋਰ ਅਤੇ ਬਹੁਤ ਸਵਾਰਥੀ ਹਨ। ਜਗਮੀਤ ਸਿੰਘ ਨੇ ਵੀਡੀਓ ਵਿੱਚ ਕਿਹਾ ਕਿ ਅੱਜ ਮੈਂ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਹੈ ਕਿ ਮੈਂ ਸਪਲਾਈ ਅਤੇ ਭਰੋਸੇ ਦੇ ਸਮਝੌਤੇ ਨੂੰ ਤੋੜ ਦਿੱਤਾ ਹੈ। ਲਿਬਰਲਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ, ਉਹ ਕੈਨੇਡੀਅਨਾਂ ਤੋਂ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ। ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਹੁਣ ਤਬਦੀਲੀ ਨਹੀਂ ਕਰ ਸਕਦੇ, ਉਹ ਉਮੀਦ ਨੂੰ ਬਹਾਲ ਨਹੀਂ ਕਰ ਸਕਦੇ, ਉਹ ਕੰਜ਼ਰਵੇਟਿਵਾਂ ਨੂੰ ਰੋਕ ਨਹੀਂ ਸਕਦੇ, ਪਰ ਅਸੀਂ ਕਰ ਸਕਦੇ ਹਾਂ। ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਖਬਰ ਜਨਤਕ ਹੋਣ ਤੋਂ ਥੋੜੀ ਦੇਰ ਪਹਿਲਾਂ ਹੀ ਕਿਹਾ ਕਿ ਉਹ ਅਗਲੀਆਂ ਚੋਣਾਂ ਤੱਕ ਕੈਨੇਡੀਅਨਾਂ ਦੀਆਂ ਚਿੰਤਾਵਾਂ ਤੇ ਕੇਂਦਰਿਤ ਰਹਿਣਗੇ, ਉਮੀਦ ਹੈ ਕਿ ਅਗਲੀ ਗਿਰਾਵਟ ਤੱਕ ਨਹੀਂ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਮੈਂ ਰਾਜਨੀਤੀ ਤੇ ਕੇਂਦਰਿਤ ਨਹੀਂ ਹਾਂ, ਮੈਂ ਦੂਜੀਆਂ ਪਾਰਟੀਆਂ ਨੂੰ ਰਾਜਨੀਤੀ ਤੇ ਧਿਆਨ ਦੇਣ ਦੇਵਾਂਗਾ, ਮੈਂ ਅਸਲ ਵਿੱਚ ਉਹ ਚੀਜ਼ਾਂ ਪ੍ਰਦਾਨ ਕਰਨ ਤੇ ਕੇਂਦਰਿਤ ਹਾਂ ਜੋ ਕੈਨੇਡੀਅਨਾਂ ਨੇ ਮੈਨੂੰ ਇਸ ਗਰਮੀਆਂ ਦੇ ਵਿੱਚ ਦੱਸੀਆਂ ਹਨ, ਜਿਨ੍ਹਾਂ ਦੀ ਉਹਨਾਂ ਨੂੰ ਇਸ ਸਮੇਂ ਕੈਨੇਡਾ ਦੇ ਵਿੱਚ ਸਖਤ ਲੋੜ ਹੈ, ਮੈਂ ਉਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਵਾਂਗਾ। ਉੱਥੇ ਹੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵਰ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਜਗਮੀਤ ਸਿੰਘ ਨੂੰ ਸੱਦਾ ਦਿੱਤਾ ਕਿ ਉਹ ਉਹਨਾਂ ਨਾਲ ਜੁੜ ਕੇ ਜਲਦੀ ਚੋਣ ਕਰਵਾਉਣ ਲਈ ਜ਼ੋਰ ਪਾਉਣ। ਪੀਅਰ ਪੋਲੀਵਰ ਨੇ ਲਿਖਿਆ ਕਿ 2 ਸਾਲ ਪਹਿਲਾਂ ਸੈੱਲ ਆਊਟ ਸਿੰਘ ਨੇ ਵਰਕਰਾਂ ਨੂੰ ਵੇਚ ਦਿੱਤਾ ਅਤੇ ਜਸਟਿਨ ਟਰੂਡੋ ਨਾਲ ਇੱਕ ਮਹਿੰਗੇ ਗੱਠਜੋੜ ਤੇ ਦਸਤਖਤ ਕੀਤੇ ਸਨ। ਅੱਜ ਦੇ ਮੀਡੀਆ ਸਟੰਟ ਵਿੱਚ ਸੈੱਲ ਆਊਟ ਸਿੰਘ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਐਨਡੀਪੀ ਅਵਿਸ਼ਵਾਸ ਨਾਲ ਵੋਟ ਕਰੇਗੀ। ਕੈਨੇਡੀਅਨਾਂ ਨੂੰ ਹੁਣ ਕਾਰਬਨ ਟੈਕਸ ਚੋਣ ਦੀ ਲੋੜ ਹੈ, ਇਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਸਾਹਿਬ ਦਾ ਬਿਆਨ ਸੁਣਨ ਨੂੰ ਮਿਲਿਆ। ਸਮਝੌਤੇ ਤੇ ਪਹਿਲੀ ਵਾਰ ਮਾਰਚ 2022 ਵਿੱਚ ਦਸਤਖਤ ਕੀਤੇ ਗਏ ਸਨ ਅਤੇ ਇਸ ਦੀ ਮਿਆਦ ਜੂਨ 2025 ਵਿੱਚ ਖਤਮ ਹੋਣ ਵਾਲੀ ਸੀ। ਇਹ ਸੌਦਾ ਘੱਟ ਗਿਣਤੀ ਪਾਰਲੀਮੈਂਟ ਵਿੱਚ ਸਥਿਰਤਾ ਲਿਆਉਣ ਲਈ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਐਨਡੀਪੀ ਨੇ ਲੰਬੇ ਸਮੇਂ ਤੋਂ ਪ੍ਰਗਤੀਸ਼ੀਲ ਨੀਤੀਆਂ ਤੇ ਤਰੱਕੀ ਦੇ ਬਦਲੇ ਭਰੋਸੇ ਦੀਆਂ ਵੋਟਾਂ ਤੇ ਲਿਬਰਲਾਂ ਦਾ ਸਮਰਥਨ ਕਰਨ ਲਈ ਸਹਿਮਤੀ ਦਿੱਤੀ ਸੀ। ਇਹ ਵੱਡਾ ਸਿਆਸੀ ਐਲਾਨ ਸੰਸਦ ਦੇ ਮੁੜ ਸ਼ੁਰੂ ਹੋਣ ਤੋਂ ਸਿਰਫ 1.5 ਹਫ਼ਤਾ ਪਹਿਲਾਂ ਹੋਇਆ ਹੈ ਅਤੇ 1 ਹਫ਼ਤੇ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ ਜਗਮੀਤ ਸਿੰਘ ਵੱਲੋਂ ਆਪਣੇ ਕੋਕਸ ਨਾਲ ਮੀਟਿੰਗ ਕਰਨ ਦੀ ਰਣਨੀਤੀ ਘੜੀ ਜਾਵੇਗੀ। ਐਨਡੀਪੀ ਦੇ ਸੌਦੇ ਤੋਂ ਹਟਣ ਦਾ ਤੁਰੰਤ ਮਤਲਬ ਇਹ ਨਹੀਂ ਹੈ ਕਿ ਸਿੰਘ ਚੋਣ ਲੜਨ ਲਈ ਤਿਆਰ ਹਨ, ਪਰ ਸੂਤਰਾਂ ਨੇ ਕਿਹਾ ਕਿ ਪਾਰਟੀ ਚੋਣਾਂ ਵਿੱਚ ਆਪਣੀ ਮੌਜੂਦਾ ਸਥਿਤੀ ਤੋਂ ਵੀ ਚੰਗੀ ਤਰ੍ਹਾਂ ਦੇ ਨਾਲ ਜਾਣੂ ਹੈ।
ਕੈਨੇਡੀਅਨ ਵੀ ਚੋਣਾਂ ਵੱਲ ਜਲਦੀ ਨਹੀਂ ਜਾ ਰਹੇ ਹਨ। ਟਰੂਡੋ ਦੀ ਲਿਬਰਲ ਸਰਕਾਰ ਅਤੇ ਇਸ ਦੇ 154 ਸੰਸਦ ਮੈਂਬਰਾਂ ਦੇ ਅਵਿਸ਼ਵਾਸ ਦੇ ਵੋਟ ਤੇ ਡਿੱਗਣ ਨੂੰ ਦੇਖਦੇ ਹੋਏ ਇਸ ਨੂੰ ਕੰਜ਼ਰਵੇਟਿਵਾਂ ਅਤੇ ਨਿਊ ਡੈਮੋਕ੍ਰੇਟਸ ਨੂੰ ਲੋੜੀਂਦੇ ਬਹੁਮਤ ਸਮਰਥਨ ਤੋਂ ਵੱਧ ਵੋਟਾਂ ਮਿਲਣਗੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਅਗਲੀਆਂ ਚੋਣਾਂ 2025 ਦੇ ਵਿੱਚ ਹੋਣ ਜਾ ਰਹੀਆਂ ਹਨ, ਉਹ ਪਹਿਲਾਂ ਕਰਵਾਈਆਂ ਜਾਂਦੀਆਂ ਨੇ ਜਾਂ ਫਿਰ ਜੋ ਸਮਾਂ ਦਿੱਤਾ ਗਿਆ ਹੈ ਉਸ ਸਮੇਂ ਤੇ ਹੀ ਚੋਣਾਂ ਹੋਣਗੀਆਂ। ਬਿਊਰੋ ਰਿਪੋਰਟ, ਹਮਦਰਦ ਟੀਵੀ।